ਦੋਸਤੋ ਮੈਂ ਐਡਵੋਕੇਟ ਕਮਲਜੀਤ ਸਿੰਘ ਕੁਟੀ ਆਪਣੇ ਚੈਨਲ ਕਾਨੂੰਨੀ ਸਲਾਹ ਬਈ ਐਡਵੋਕੇਟ ਕਮਲਜੀਤ ਸਿੰਘ ਕੁਟੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਆਪਣੇ ਇਸ ਚੈਨਲ ਦੇ ਉੱਪਰ ਉਹਨਾਂ ਕਾਨੂੰਨਾਂ ਬਾਰੇ ਸੌਖੀ ਪੰਜਾਬੀ ਭਾਸ਼ਾ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਨਾ ਜਿਨ੍ਹਾਂ ਕਾਨੂੰਨਾਂ ਨਾਲ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਤੁਹਾਡਾ ਵਾਅ ਵਾਸਤਾ ਪੈਂਦਾ। ਤਕਸੀਮ ਬਾਰੇ ਤਕਸੀਮ ਕਿੰਨੇ ਢੰਗ ਦੀ ਹੁੰਦੀ ਆ, ਕਿਸ ਤਰ੍ਹਾਂ ਨਾਲ ਕਰਵਾਈ ਜਾਂਦੀ ਆ, ਕਾਫੀ ਆਪਾਂ ਵਿਸਥਾਰ ਦੇ ਵਿੱਚ ਗੱਲ ਕੀਤੀ ਆ। ਹੋਰ ਵੀ ਬਹੁਤ ਵਿਸ਼ਿਆਂ ਤੇ ਮੇਰੀਆਂ ਵੀਡੀਓਜ਼ ਆ। ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਹਨੂੰ ਸਬਸਕ੍ਰਾਈਬ ਕਰ ਦਿਓ ਔਰ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਅਗਲੀ ਵੀਡੀਓ ਜਿਹੜੀ ਉਹ ਜਲਦੀ ਨਾਲ ਮਿਲ ਸਕੇ ਤਾਂ ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈ ਉਹ ਹੈ ਕਿ ਜਮ੍ਹਾਂਬੰਦੀ ਕਿਸ ਤਰ੍ਹਾਂ ਪੜੀਏ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਜਮ੍ਹਾਂ ਬੰਦੀ ਜਾਂ ਫਰਦ ਉਹ ਹੁੰਦੀ ਹੈ ਜਿਹੜੇ ਸਾਡੀ ਜ਼ਮੀਨ ਦਾ ਜੋ ਰਿਕਾਰਡ ਹੁੰਦਾ ਉਹ ਉਹਦੇ ਵਿੱਚ ਦਰਜ ਹੁੰਦਾ ਤਾਂ ਉਹਦਾ ਇੱਕ ਸਬੂਤ ਹੁੰਦਾ ਹੈ ਕਿ ਕਿਹੜੀ ਜ਼ਮੀਨ ਕਿਹੜਾ ਖਸਰਾ ਨੰਬਰ ਕਿਸ ਦੇ ਨਾਮ ਹੈ ਆਮ ਤੌਰ ਤੇ ਸਾਰੇ ਕਿਸਾਨ ਵੀਰਾਂ ਨੂੰ ਇਹਦਾ ਪਤਾ ਹੀ ਆ ਕਿ ਜਿਹਦੇ ਕੋਲੇ ਵੀ ਜ਼ਮੀਨ ਹੈ ਉਹਨੂੰ ਫਰਦ ਦਾ ਜਾਂ ਜਮ੍ਹਾਂ ਬੰਦੀ ਦਾ ਪਤਾ ਤਾਂ ਉਹਨੂੰ ਪੜ੍ਹਨਾ ਕਿਵੇਂ ਹੈ ਇਹ ਬੰਦੀ ਦੀ ਇੱਕਤ ਆਉਂਦੀ ਹੈ ਬੰਦੇ ਨੂੰ ਆਪ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਮੈਂ ਆਪਣੀ ਜ਼ਮੀਨ ਦੇ ਆਪਣੇ ਨੰਬਰ ਆਪਣਾ ਹਿੱਸਾ ਮੈਂ ਕਿਵੇਂ ਦੇਖਾਂ ਤਾ ਅੱਜ ਦੀ ਇਸ ਵੀਡੀਓ ਚ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਨਾਲ-ਨਾਲ ਦੀ ਜਮ੍ਹਾਂ ਮੰਡੀ ਵੀ ਤੁਹਾਨੂੰ ਦਿਖਾਵਾਂਗੇ ਤੇ ਉਸ ਜਮ੍ਹਾਂ ਮੰਡੀ ਦੇ ਉੱਪਰ ਜਿਹੜੇ ਖਾਨੇ ਬਣੇ ਹੋਏ ਆ ਉਹਨਾਂ ਖਾਨਿਆਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੰਨਾ ਹਰ ਇੱਕ ਜਮ੍ਹਾਂ ਮੰਡੀ ਜਿਹੜੀ ਹੁੰਦੀ ਆ ਉਹਦੇ ਉੱਪਰ ਸਭ ਤੋਂ ਪਹਿਲਾਂ ਪਿੰਡ ਦਾ ਨਾਮ ਲਿਖਿਆ ਹੁੰਦਾ ਕਿ ਕਿਹੜੇ ਪਿੰਡ ਦੇ ਰਕਵੇ ਦੇ ਨਾਲ ਸਬੰਧਤ ਇਹ ਜਮ੍ਹਾਂ ਮੰਡੀ ਆ ਹਰ ਪਿੰਡ ਦਾ ਇੱਕ ਹਦਬਸਤ ਨੰਬਰ ਹੁੰਦਾ ਹੈ ਉਹ ਹਦਬਸਤ ਨੰਬਰ ਲਿਖਿਆ ਹੁੰਦਾ ਉਸ ਤੋਂ ਬਾਅਦ ਇਹ ਕਿਹੜੇ ਸਮੇਂ ਦੇ ਨਾਲ ਸੰਬੰਧਿਤ ਹੈ ਮੰਨ ਲਓ 2019-20 ਨਾਲ ਸੰਬੰਧਿਤ ਹੈ ਜਮ੍ਹਾਂਬੰਦੀ ਜਾਂ 2020-21 ਨਾਲ ਸੰਬੰਧਿਤ ਹੈ ਤਾਂ ਉਹ ਜਮ੍ਹਾਂਬੰਦੀ ਦਾ ਜਿਹੜਾ ਕਿਉਂਕਿ ਹਰ 4 ਸਾਲ ਬਾਅਦ 4 ਸਾਲਾ ਬਣਦਾ ਹੈ ਤੇ ਜਮ੍ਹਾਂਬੰਦੀ ਹੈ ਜਿਹੜੀ ਉਹਦਾ ਸਾਲ ਬਦਲਦਾ ਰਹਿੰਦਾ ਤਾਂ ਉਹ ਲਿਖਿਆ ਹੁੰਦਾ ਇਸ ਤੋਂ ਇਲਾਵਾ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਉਹ ਲਿਖਿਆ ਹੁੰਦਾ ਇਹਦੇ ਉੱਪਰ ਇਹ ਸਭ ਤੋਂ ਉੱਪਰ ਜਮ੍ਹਾਂਬੰਦੀ ਦੇ ਵਿੱਚ ਲਿਖਿਆ ਹੁੰਦਾ ਉਤੋਂ ਨੀਚੇ ਜਿਹੜੇ ਖਾਨੇ ਆ ਅੱਠ ਖਾਨਿਆਂ ਦੇ ਵਿੱਚ ਜਮ੍ਹਾਂਬੰਦੀ ਬੰਡੀ ਹੁੰਦੀ ਆ ਪਹਿਲਾਂ 9 ਜਾਂ 10 ਖਾਨੇ ਹੁੰਦੇ ਸੀ ਹੌਲੀ-ਹੌਲੀ ਜਿਵੇਂ ਰਿਕਾਰਡ ਕੰਪਿਊਟਰਾਈਜ਼ਡ ਹੋਇਆ ਤਾਂ ਹੁਣ ਅੱਠ ਖਾਨੇ ਜਿਹੜੇ ਮੌਜੂਦਾ ਜਿਹੜੇ ਚੱਲ ਰਹੇ ਆ ਜਮ੍ਹਾਂਬੰਦੀ ਦੇ ਸਭ ਤੋਂ ਪਹਿਲਾ ਜਿਹੜਾ ਖਾਨਾ ਹੈ ਉਹਦੇ ਵਿੱਚ ਲਿਖਿਆ ਹੁੰਦਾ ਕਿ ਖੇਵਟ ਨੰਬਰ ਕਿੰਨਾ ਇਸ ਜ਼ਮੀਨ ਦਾ ਜੇ ਡੀਵੀ ਜ਼ਮੀਨ ਨਾਲੋਂ ਸਬੰਧਤ ਹੈ ਪੱਤੀ ਕਿਹੜੀ ਹੈ ਕਿਉਂਕਿ ਪਿੰਡ ਪੱਤੀਆਂ ਦੇ ਵਿੱਚ ਵੰਡਿਆ ਹੁੰਦਾ ਹੈ ਤੇ ਉਸ ਪੱਤੀ ਦੇ ਨੰਬਰਦਾਰ ਕਿਹੜੇ-ਕਿਹੜੇ ਆ ਇਹ ਸਾਰਾ ਕੁਝ ਖੇਵਟ ਨੰਬਰ ਪੱਤੀ ਤੇ ਨੰਬਰਦਾਰ ਇਹ ਪਹਿਲੇ ਖਾਨੇ ਦੇ ਵਿੱਚ ਲਿਖਿਆ ਹੁੰਦਾ ਜਿਹੜਾ ਪਹਿਲਾ ਖਾਨਾ ਹੁੰਦਾ ਹੈ ਤਾਂ ਇਹਦੇ ਵਿੱਚ ਖੇਵਟ ਜਿਵੇਂ ਤੁਹਾਨੂੰ ਮੈਂ ਦੱਸਿਆ ਤਾਂ ਹਰ ਜਿਹੜੀ ਜ਼ਮੀਨ ਹੁੰਦੀ ਆ ਹਰ ਕੋਈ ਟੁਕੜਾ ਹੁੰਦਾ ਜ਼ਮੀਨ ਦਾ ਤੁਹਾਨੂੰ ਖੇਵਟਾਂ ਦੇ ਵਿੱਚ ਵੰਡਿਆ ਹੁੰਦਾ ਹੈ ਖੇਵਟਾਂ ਤੋਂ ਅੱਗੇ ਉਹਨੂੰ ਖਤੌਨੀਆਂ ਦੇ ਵਿੱਚ ਵੰਡਿਆ ਹੁੰਦਾ ਖਤੌਨੀਆਂ ਨੂੰ ਅੱਗੇ ਅ ਖਸਰਾ ਨੰਬਰ ਜਾਂ ਮਸ਼ਕੀਲ ਨੰਬਰ ਦੇ ਵਿੱਚ ਵੰਡਿਆ ਹੁੰਦਾ ਤੇ ਖਸਰਾ ਨੰਬਰ ਦੇ ਵਿੱਚ ਵੰਡਿਆ ਹੁੰਦਾ ਤਾਂ ਪਹਿਲਾ ਜਿਹੜਾ ਖਾਨਾ ਹੈ ਉਹਦੇ ਵਿੱਚ ਇਹੀ ਲਿਖਿਆ ਹੁੰਦਾ ਖੇਵਟ ਨੰਬਰ ਪੱਤੀ ਤੇ ਨੰਬਰਦਾਰ ਦਾ ਨਾਮ ਇਹਦੇ ਵਿੱਚ ਇੱਕ ਖੇਵਟ ਦਾ ਨੰਬਰ ਲਿਖਿਆ ਹੁੰਦਾ ਜਿਹੜਾ ਹਰ ਜਮ੍ਹਾਂ ਮੰਦੀ 'ਚ ਬਦਲਦਾ ਰਹਿੰਦਾ ਅਗਲਾ 4 ਸਾਲਾਂ ਬਣੂਗਾ ਅਗਲੀ ਜਮ੍ਹਾਂ ਮੰਦੀ ਆਊਗੀ ਉਹਦੇ 'ਚ ਖੇਵਟ ਨੰਬਰ ਤਬਦੀਲ ਹੋ ਜਾਂਦਾ ਅਗਲਾ ਜਿਹੜਾ ਦੂਜਾ ਖਾਨਾ ਹੈ ਉਹਦੇ 'ਚ ਖਤੌਨੀ ਨੰਬਰ ਲਿਖਿਆ ਹੁੰਦਾ ਜੇ ਮੈਂ ਤੁਹਾਨੂੰ ਦੱਸਿਆ ਕਿ ਖੇਵਟ ਜਿਹੜੀ ਆ ਉਹ ਕਈ ਖਤੌਨੀਆਂ 'ਚ ਵੰਡੀ ਹੁੰਦੀ ਆ ਤਾਂ ਅਗਲਾ ਖਾਨਾ ਜਿਹੜਾ 2 ਨੰਬਰ ਖਾਨਾ ਉਹ ਖਤੌਨੀ ਨੰਬਰ ਉਹਦੇ 'ਚ ਲਿਖਿਆ ਹੁੰਦਾ ਤੀਜਾ ਜਿਹੜਾ ਖਾਨਾ ਹੈ ਉਹ ਮਹੱਤਵਪੂਰਨ ਹੈ ਉਹਦੇ 'ਚ ਮਾਲਕ ਦਾ ਨਾਮ ਤੇ ਵੇਰਵਾ ਦਿੱਤਾ ਹੁੰਦਾ ਤਾਂ ਤੀਜੇ ਖਾਨੇ ਦੇ ਵਿੱਚ ਜਿਹੜਾ ਵੀ ਜ਼ਮੀਨ ਦਾ ਮਾਲਕ ਹੈ ਚਾਹੇ ਇੱਕ ਹੈ ਚਾਹੇ ਇੱਕ ਤੋਂ ਵੱਧ ਹੈ ਜਿੰਨੇ ਵੀ ਮਾਲਕ ਹੈ ਤੇ ਉਹਦਾ ਕਿੰਨਾ-ਕਿੰਨਾ ਹਿੱਸਾ ਹੈ ਮਨ ਲਓ ਜੇ ਇਕੱਲਾ ਬੰਦਾ ਹੈ ਤਾਂ ਉਹਦਾ ਇਕੱਲੇ ਦਾ ਨਾਮ ਉਹਦੇ ਬਾਪ ਦਾ ਨਾਮ ਉਹਦੇ ਦਾਦੇ ਦਾ ਨਾਮ ਲਿਖਿਆ ਹੋਊਗਾ ਮਾਲਕੀ ਵਾਲੇ ਖਾਨੇ ਵਿੱਚ ਜੇ ਉਹ ਵੱਦ ਮਾਲਕ ਹੈ ਤਾਂ ਉਸ ਮਨ ਲਓ ਕਈ ਵਾਰੀ 8 10 15 20 ਮਾਲਕ ਵੀ ਹੁੰਦੇ ਆ ਜਦੋਂ ਤਕਸੀਮ ਨਹੀਂ ਹੁੰਦੀ ਤਾਂ ਜਿੰਨਾ ਜਿੰਨਾ ਉਹਨਾਂ ਦਾ ਹਿੱਸਾ ਹੈ ਉਹਦੇ ਨਾਲ ਸੰਬੰਧਤ ਉਹਦੇ 'ਚ ਲਿਖਿਆ ਹੁੰਦਾ ਹੈ ਕਿ ਫਲਾਣਾ ਸਿੰਘ ਇਹਦਾ 1/2 ਹਿੱਸਾ ਜਾਂ 1/4 ਹਿੱਸਾ ਜਿੰਨਾ ਵੀ ਉਹਦਾ ਹਿੱਸਾ ਹੈ ਉਹਦੇ ਬਾਰੇ ਇਹਦੇ 'ਚ ਲਿਖਿਆ ਹੁੰਦਾ ਹੈ ਅਗਲਾ ਜਿਹੜਾ ਇਹਦਾ ਖਾਨਾ ਹੈ ਚੌਥਾ ਖਾਨਾ ਉਹਦੇ 'ਚ ਕਾਸ਼ਤਕਾਰ ਦਾ ਨਾਮ ਲਿਖਿਆ ਹੁੰਦਾ ਹੈ ਯਾਨੀ ਇਸ ਜ਼ਮੀਨ ਦੇ ਉੱਪਰ ਕਾਸ਼ਤ ਕੌਣ ਕਰ ਰਿਹਾ ਹੈ ਜੇ ਕਿਸੇ ਇਕੱਲੇ ਬੰਦੇ ਦੇ ਨਾਮ ਤੇ ਗਰਦੌਰੀ ਹੈ ਫਿਰ ਤਾਂ ਉਹਦਾ ਨਾਮ ਲਿਖਿਆ ਹੁੰਦਾ ਹੈ ਜੇ ਸਾਂਝੇ ਖਾਤੇ ਦੀ ਗਰਦੌਰੀ ਹੈ ਕਈ ਵਾਰੀ ਖੁਦਕਾਸ਼ਤ ਲਿਖਿਆ ਹੁੰਦਾ ਖੁਦਕਾਸ਼ਤ ਦਾ ਅਰਥ ਹੈ ਕਿ ਜਿਸ ਤਰ੍ਹਾਂ ਨਾਲ ਉਹਨਾਂ ਦਾ ਹਿੱਸਾ ਹੈ ਉਸੇ ਤਰ੍ਹਾਂ ਨਾਲ ਉਹ ਇਸ ਤੇ ਕਾਸ਼ਤ ਕਰ ਰਹੇ ਨੇ ਅਗਲਾ ਜਿਹੜਾ ਖਾਨਾ ਹੈ ਪੰਜਵਾਂ ਖਾਨਾ ਉਹਦੇ 'ਚ ਲਿਖਿਆ ਹੁੰਦਾ ਹੈ ਕਿ ਸਿੰਚਾਈ ਦਾ ਕੀ ਸਾਧਨ ਹੈ ਜੋ ਜਿਹੜੀ ਇਹ ਜ਼ਮੀਨ ਹੈ ਇਹ ਸਿੰਚਾਈ ਉੱਥੇ ਕਿਸ ਤਰ੍ਹਾਂ ਹੁੰਦੀ ਹੈ ਪਾਣੀ ਉੱਥੇ ਕਿਸ ਤਰ੍ਹਾਂ ਲੱਗਦਾ ਟਿਊਬਲ ਦਾ ਪਾਣੀ ਲੱਗਦਾ ਜਾਂ ਨਹਿਰੀ ਪਾਣੀ ਲੱਗਦਾ ਜਾਂ ਜਿਹੜਾ ਵੀ ਕੋਈ ਸਾਧਨ ਹੈ ਉੱਥੇ ਤਾਂ ਉਹਦੇ ਨਾਲ ਸੰਬੰਧਤ ਉੱਥੇ ਲਿਖਿਆ ਹੁੰਦਾ ਹੈ ਕਿ ਇਹਨੂੰ ਪਾਣੀ ਕਿਸ ਤਰ੍ਹਾਂ ਲੱਗਦਾ ਸਿੰਚਾਈ ਦਾ ਕੀ ਸਾਧਨ ਹੈ ਜਿਹੜਾ ਉਸ ਤੋਂ ਅਗਲਾ 6ਵਾਂ ਖਾਨਾ ਹੁੰਦਾ ਹੈ ਇਹ ਕਾਫੀ ਮਹੱਤਵਪੂਰਨ ਹੁੰਦਾ ਹੈ ਇਹਦੇ 'ਚ ਜਿਵੇਂ ਮਸ਼ਤੀਲ ਨੰਬਰ ਵੀ ਲਿਖਿਆ ਹੋ ਸਕਦਾ ਹੈ ਖਸਰਾ ਨੰਬਰ ਵੀ ਲਿਖਿਆ ਹੋ ਸਕਦਾ ਹੈ ਜਿਵੇਂ ਮਸ਼ਤੀਲ ਦੇ ਵਿੱਚ ਅੱਗੇ ਖਤੌਨੀਆਂ ਮਸ਼ਤੀਲਾਂ ਦੇ ਵਿੱਚ ਵੰਡੀਆਂ ਹੁੰਦੀਆਂ ਹਨ ਤਾ ਮੰਨ ਲਓ 25 ਨੰਬਰ ਮਸ਼ਤੀਲ ਹੈ ਤਾਂ 25 ਨੰਬਰ ਮਸ਼ਤੀਲ ਦਾ ਜਿਵੇਂ ਕਿਲਾ ਨੰਬਰ ਹੈ ਜੋ ਉਹ ਲਿਖਿਆ ਹੁੰਦਾ ਹੈ ਵੀ 1 ਨੰਬਰ ਕਿਲਾ 2 ਨੰਬਰ ਹੈ 20 ਨੰਬਰ ਹੈ 30 ਨੰਬਰ ਹੈ 21 ਨੰਬਰ ਹੈ ਜਿੰਨਾ ਵੀ ਹੈ ਤਾਂ ਮਸ਼ਤੀਲ ਮਸ਼ਤੀਲ ਦੇ ਨਾਲ ਉਸ ਦਾ ਮਰੱਬਾ ਨੰਬਰ ਜਾਂ ਮਤਲਬ ਮਸ਼ਤੀਲ ਦੇ ਨਾਲ ਖਸਰਾ ਨੰਬਰ ਹੈ ਜਿਹੜਾ ਉਹ ਲਿਖਿਆ ਹੁੰਦਾ ਤਾਂ ਇਹ ਹੈ ਉਹ ਇਕੱਲਾ ਵੀ ਹੋ ਸਕਦਾ ਖਸਰਾ ਨੰਬਰ ਉਹ ਕਈ ਵੀ ਹੋ ਸਕਦੇ ਆ ਉਸ ਮਸ਼ਤੀਲ ਦੇ ਵਿੱਚ ਤਾਂ ਇਹ ਹੈ ਉਸ ਤੋਂ ਜਿਹੜਾ ਅਗਲਾ ਖਾਨਾ ਹੈ ਉਹਦੇ ਚ ਲਿਖਿਆ ਹੁੰਦਾ ਹੈ ਕਿ ਇਸ ਪੁਆਇੰਟ ਦੀ ਕਿਸਮ ਕਿਸ ਤਰ੍ਹਾਂ ਦੀ ਹੈ ਤੇ ਰਕਬਾ ਕਿੰਨਾ ਜੇ ਜਣੀ ਮੰਨ ਲਓ ਖਸਰਾ ਨੰਬਰ ਵਾਲੇ ਖਾਨੇ ਦੇ ਵਿੱਚ ਲਿਖਿਆ ਆ ਵੀ ਖਸਰਾ ਨੰਬਰ 25 ਮਸ਼ਤੀਲ ਦਾ 12 ਹੈ ਉਹਦਾ ਰਕਬਾ ਕਿੰਨਾ ਹੈ ਉਹ 8 ਕਨਾਲ ਦਾ 7 ਕਨਾਲ ਦਾ 20 ਕਨਾਲ ਦਾ 40 ਕਨਾਲ ਦਾ ਆਮ ਤੌਰ ਤੇ 8 ਕਨਾਲ ਦਾ ਹੁੰਦਾ ਮਰੱਬਾਬੰਦੀ ਤੋਂ ਬਾਅਦ ਜਿਵੇਂ ਹੈ ਪਰ ਜਿਵੇਂ ਜਿਵੇਂ ਅੱਗੇ ਕੋਈ ਵੇਚਵਟ ਹੁੰਦੀ ਰਹਿੰਦੀ ਆ ਜਾਂ ਕੋਈ ਤਕਸੀਮ ਹੁੰਦੀ ਰਹਿੰਦੀ ਆ ਤਾਂ ਖਸਰਾ ਨੰਬਰ ਟੁੱਟਦੇ ਰਹਿੰਦੇ ਆ ਤਾਂ ਉਹਦੇ ਚ ਇਹੀ ਲਿਖਿਆ ਹੁੰਦਾ ਕਿ ਹੋਏ ਜੋੜੀ ਹੈਗੀ ਆ ਔਰ ਉਹਦਾ ਕਿੰਨਾ ਹੈ ਖਸਰਾ ਨੰਬਰ ਜਿਹੜਾ ਹੈਗਾ ਉਹਦੇ ਵਿੱਚ ਕਿੰਨਾ ਉਹ ਰਕਬਾ ਔਰ ਉਸ ਦੀ ਕਿਸਮ ਕਿਹੜੀ ਆ ਇੱਕ ਤਾਂ ਆ ਗਿਆ ਵੀ ਕਿੰਨੇ ਕਨਾਲਾਂ ਕਿੰਨੇ ਮਰਲੇ ਹੈ ਦੂਜਾ ਉਹਦੇ ਚ ਨਾਲ ਹੀ ਉਹਦੇ ਲਿਖਿਆ ਹੁੰਦਾ ਵੀ ਇਹ ਜਿਹੜੀ ਕਿਸਮ ਹੈ ਬਰਾਨੀ ਹੈ ਇਹ ਨਹਿਰੀ ਆ ਜਾਂ ਕੋਈ ਚਾਹੀ ਹੈ ਤਾ ਉਹ ਕਿਸਮ ਲਿਖੀ ਹੁੰਦੀ ਹੈ ਚਾਹੀ ਤੋ ਭਾਵ ਹੈ ਜਿੱਥੇ ਟਿਊਬਲ ਦਾ ਜਾਂ ਹੋਰ ਪਾਣੀ ਲੱਗਦਾ ਨਹਿਰੀ ਪਾਣੀ ਨਹੀਂ ਲੱਗਦਾ ਤੇ ਬਰਾਨੀ ਜੋ ਹੈ ਸਾਰਿਆਂ ਨੂੰ ਪਤਾ ਹੀ ਆ ਬਰਾਨੀ ਤੇ ਨਹਿਰੀ ਕਿਸ ਤਰ੍ਹਾਂ ਹੁੰਦਾ ਤਾਂ ਆਖਰੀ ਜੋ ਖੰਨਾ ਹੁੰਦਾ ਉਹ ਹੁੰਦਾ ਵਿਸ਼ੇਸ਼ ਕਥਨ ਵਿਸ਼ੇਸ਼ ਕਥਨ ਦੇ ਵਿੱਚ ਕੀ ਹੈ ਕੋਈ ਵੀ ਵੇਚਵਟ ਹੁੰਦੀ ਹੈ ਜਾਂ ਕੋਈ ਇੰਤਕਾਲ ਹੁੰਦਾ ਜਾਂ ਕਿਸੇ ਨੇ ਬੈ ਕੀਤੀ ਆ ਜਾਂ ਕੋਈ ਵਿਰਾਸਤ ਚੜ੍ਹੀ ਆ ਮੰਨ ਲਓ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਉਹਦੇ ਅੱਗੇ ਚਾਰ ਬੇਟੇ ਆ ਚਾਰਾਂ ਬੇਟਿਆਂ ਦੇ ਨਾਂ ਉਹਦਾ ਕੋਈ ਇੰਤਕਾਲ ਹੋ ਜਾਂਦਾ ਤਾਂ ਮਾਲਕੀ ਵਾਲੇ ਖਾਨੇ 'ਚ ਜਦੋਂ ਨਵੀਂ ਜਮ੍ਹਾਂਬੰਦੀ ਬਣੂਗੀ ਉਸ ਟਾਈਮ ਉਹਨਾਂ ਦਾ ਨਾਮ ਆਊਗਾ ਜਿੰਨੀ ਦੇਰ ਇਹ ਜਮ੍ਹਾਂਬੰਦੀ ਚੱਲ ਰਹੀ ਹੈ ਇਸ ਦੇ ਵਿੱਚ ਵਿਸ਼ੇਸ਼ ਕਥਨ ਦੇ ਵਿੱਚ ਲਿਖ ਕੇ ਕਿ ਇੰਤਕਾਲ ਨੰਬਰ ਐਨੇ ਰਾਹੀਂ ਫਲਾਣਾ ਸਿੰਘ ਦੀ ਵਿਰਾਸਤ ਹੈ ਜਿਹੜੀ ਉਹਦੇ ਫਲਾਣੇ ਫਲਾਣੇ ਬਾਰਸਾਂ ਨੂੰ ਆ ਗਈ ਜਾਂ ਕਿਸੇ ਨੇ ਕੋਈ ਗਹਿਣੇ ਕੀਤੀ ਆ ਕੋਈ ਬੈ ਕੀਤੀ ਆ ਕੋਈ ਲੋਨ ਲਿਆ ਉਹ ਸਾਰਾ ਕੁਝ ਵਿਸ਼ੇਸ਼ ਕਥਨ ਦੇ ਵਿੱਚ ਲਿਖਿਆ ਹੁੰਦਾ ਤਾਂ ਇਹ ਮੋਟੀਆਂ ਜੀਆਂ ਗੱਲਾਂ ਕਿ ਅਸੀਂ ਆਪਣੀ ਜ਼ਮੀਨ ਦੀ ਜਮ੍ਹਾਂਬੰਦੀ ਕਿਸ ਤਰ੍ਹਾਂ ਪੜ੍ਹਨੀ ਆ ਅੱਜ ਦੀ ਵੀਡੀਓ ਜੇ ਚੰਗੀ ਲੱਗੀ ਤਾਂ ਇਹਨੂੰ ਅੱਗੇ ਸ਼ੇਅਰ ਕਰਦੇ ਹੋ ਤੇ ਲਾਈਕ ਜ਼ਰੂਰ ਕਰਦੇ ਹੋ ਜਮ੍ਹਾਂ ਮੰਡੀ ਦੇ ਵਿੱਚੋਂ ਕੋਈ ਵਿਅਕਤੀ ਆਪਦਾ ਸਿੱਤਸਾ ਕਿਵੇਂ ਕੱਢੇ ਇਹ ਆਪਾਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਇਹ ਵੀ ਸਾਂਝਾ ਕਰਾਂਗੇ ਅੱਜ ਇੰਨੀ ਕੁ ਜਾਣਕਾਰੀ ਧੰਨਵਾਦ